ਪੰਜਾਬ ਦੀ ਫੋਕ ਆਵਾਜ਼ ਦੀ ਮਲਿਕਾ ਅਤੇ ਸੁਪਰਹਿੱਟ ਗਾਇਕਾ ਰਣਜੀਤ ਕੌਰ, ਜਿਸ ਨੇ ਕਿ ਕਿਸੇ ਸਮੇਂ ਆਪਣੇ ਡਿਊਟ ਅਤੇ ਸੋਲੋ ਗੀਤਾਂ ਦੇ ਨਾਲ ਲੋਕਾਂ ਦੇ ਮਨਾਂ 'ਤੇ ਰਾਜ ਕੀਤਾ ਸੀ ਅਤੇ ਅੱਜ ਕੱਲ੍ਹ ਕਾਫ਼ੀ ਬਿਮਾਰ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਨੇ। ਦੱਸ ਦਈਏ ਕਿ ਬੀਬਾ ਰਣਜੀਤ ਕੌਰ ਕਿਸੇ ਸਮੇਂ ਮਸ਼ਹੂਰ ਗਾਇਕ ਮੁਹੰਮਦ ਸਦੀਕ ਨਾਲ ਦੋ ਗਾਣਾ ਗੀਤ ਗਾਉਂਦੀ ਸੀ। ਹੁਣ ਕਾਫ਼ੀ ਦੇਰ ਤੋਂ ਪਿੱਤੇ ਵਿੱਚ ਪੱਥਰੀ ਹੋਣ ਕਾਰਨ ਬਿਮਾਰ ਚੱਲ ਰਹੀ ਸੀ ਅਤੇ ਜਿਸ ਕਾਰਨ ਹੁਣ ਇਨਫੈਕਸ਼ਨ ਉਹਨਾਂ ਦੀ ਪੂਰੀ ਬਾਡੀ ਵਿੱਚ ਫੈਲ ਗਿਆ ਅਤੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਾਉਣਾ ਪਿਆ। ਮਸ਼ਹੂਰ ਗਾਇਕ ਇੰਦਰਜੀਤ ਨਿੱਕੂ ਅਤੇ ਦੋ ਗਾਣਾ ਗਾਇਕ ਜੋੜੀ ਦੀਪ ਢਿੱਲੋਂ ਅਤੇ ਜੈਸਮੀਨ ਜਸੀਨ ਨੇ ਆਪਣੀ ਫੇਸਬੁੱਕ ਵਾਲ ਰਾਹੀਂ ਦੱਸਿਆ ਕਿ ਉਹਨਾਂ ਦੀ ਸਿਹਤ ਹੁਣ ਪਹਿਲਾਂ ਨਾਲੋਂ ਬਿਹਤਰ ਹੈ ਅਤੇ ਉਹਨਾਂ ਬਾਕੀ ਗਾਇਕਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਉਹਨਾਂ ਦੀ ਖਬਰ ਲੈਣ ਲਈ ਆਉਣ ਅਤੇ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰਨ ਤਾਂ ਕਿ ਉਹ ਦੁਬਾਰਾ ਤੰਦਰੁਸਤ ਹੋ ਸਕਣ। ਪੰਜਾਬ ਦੇ ਸੁਪਰਸਟਾਰ ਗਾਇਕ ਬੱਬੂ ਮਾਨ ਨੇ ਵੀ ਕਿਹਾ ਕਿ ਉਹ ਅਜੇ ਬੰਬੇ ਨੇ ਅਤੇ ਆ ਕੇ ਜ਼ਰੂਰ ਉਹਨਾਂ ਨੂੰ ਮਿਲਣਗੇ। ਬੱਬੂ ਮਾਨ ਨੇ ਉਹਨਾਂ ਦੀ ਲੰਬੀ ਉਮਰ ਲਈ ਵੀ ਦੁਆ ਕੀਤੀ। ਬਿਊਰੋ ਰਿਪੋਰਟ, ਚੈਨਲ 7 ਰੰਗ।